ਚਾਹੇ ਕੋਸਟਿਊਮ ਹੋਵੇ, ਤੁਸੀਂ ਵਰਡਿੰਗ ਉੱਪਰ ਬੜਾ ਕੰਮ ਕੀਤਾ ਸਾਹਮਣੇ ਸੇਵਾ ਦਾ, ਕਿ ਹਰ ਇੱਕ ਸ਼ਬਦ ਬੜਾ ਤੁਸੀਂ ਸ਼ੁੱਧਤਾ ਕੰਨੇ ਬੋਲਿਆ। ਔਰ ਉਹਦੇ 'ਚ ਜਿਹੜੀ ਇੱਕ ਡੋਗਰੀ ਦੀ ਟੋਨ ਹੁੰਦੀ ਨਾ, ਜਿੱਦਾਂ ਜ਼ਿਆਦਾਤਰ ਇੱਥੇ ਜਿਹੜੇ ਸੁਹਾਗ ਸਾਡੇ ਗ੍ਰਾਂ 'ਚ ਵੀ ਜਿਹੜੀਆਂ ਲੇਡੀਜ਼ ਗਾਉਂਦੀਆਂ ਨਾ ਕਈ ਵਾਰੀ, ਅਤੇ ਬੜੀ ਪੰਜਾਬੀ ਦਾ ਟੱਚ ਉਹਦੇ 'ਚ ਲਈ ਪਾਉਂਦਾ ਹੋਣਾ, ਪਰ ਤੁਸੀਂ ਪੂਰਾ ਡੋਗਰੀ ਫਲੇਵਰ 'ਚ ਆਉਂਦਾ ਜੇਕਰ। ਥੋੜ੍ਹਾ ਧਿਆਨ ਦਿੱਤੇ ਦੀ ਜ਼ਰੂਰਤ ਹੈ, ਇੱਕਦਮ ਬੰਦਾ ਸ਼ੁਰੂ ਤੋਂ 100% ਨਹੀਂ ਹੁੰਦਾ, 0 ਤੋਂ ਚੱਲ ਕੇ ਜਾਣਾ ਪੈਂਦਾ। ਕਾਫੀ ਤੁਸੀਂ ਠੀਕ ਵੀ ਹੋ, ਹੋਰ ਠੀਕ ਕਰਨ ਦੀ ਜ਼ਰੂਰਤ ਆਪਣੇ ਸੁਰਾਂ ਕੋਲ, ਔਰ ਰਿਆਜ਼ ਦੀ ਔਰ ਉਸਤਾਦ ਕੋਲੋਂ ਸਿੱਖੋ। ਥੋੜ੍ਹਾ ਐਕਸਪੀਰੀਅੰਸ ਜਦੋਂ ਬੰਦੇ ਦਾ ਹੋਏਗਾ, ਸਰਵਿਸ ਹੁੰਦੀ ਹੈ ਤਾਂ ਅੱਗੇ ਅੱਗੇ ਠੀਕ ਹੋਣਾ। ਫੀਲ, ਮੈਂ ਉਹ ਗੱਲ ਆਖਣਾ ਹੁੰਦਾ ਕਿ ਫੀਲ ਹੋਣਾ ਚਾਹੀਦਾ ਗਾਣੇ 'ਚ, ਔਰ ਤੁਹਾਡੇ ਇਸ ਗੀਤ 'ਚ ਫੀਲ ਹੈ, ਜਿਸ ਟਾਈਪ ਦੀ ਬੋਡਿੰਗ ਹੀ ਉਸ ਟਾਈਪ ਦਾ ਫੀਲ ਹੈ। ਪੂਜਾ ਜੀ, ਕੀ ਡਾਊਲ ਹੈ? ਠੀਕ ਹੈ ਸਰ। 726 ਹੈ? ਹਾਂਜੀ ਸਰ। ਤਿਆਰੀ ਪੂਰੀ ਹੈ? ਹਾਂਜੀ। ਕੀ ਸੁਣਾ ਦਿਓ ਅੱਜ? ਅੱਜ ਮੈਂ ਤੁਸੀਂ ਕੀ ਸੁਹਾਗ ਸੁਣਾਉਣ ਲੱਗੀ। ਕੀ ਬਾਤ ਹੈ, ਤੁਸੀਂ ਜਲਦੀ ਜਲਦੀ ਸੁਣਾਓ। ਪੂਜਾ ਜੀ, ਬੜਾ ਦੁਖੀਆ ਗੀਤ ਗਾਇਆ ਤੁਸੀਂ, ਭੈਣਾਂ ਤੀਆਂ ਦਾ ਗੀਤ, ਜਿਹੜਾ ਪੂਰਾ ਬੰਦਾ ਸੁਣ ਵੀ ਨਹੀਂ ਸਕਦਾ, ਅਤੇ ਤੁਹਾਡੇ ਸੁਰ ਵੀ ਠੀਕ ਠੀਕ ਗਏ ਨੇ, ਜੋ 2-3 ਜਗ੍ਹਾ ਖਰਾਬ ਹੋਇਆ, ਬਾਕੀ ਠੀਕ ਹੀ ਗਿਆ।
ਆਵਾਜ਼ ਵੀ ਤੁਹਾਡੀ ਜਿਹੜੀ ਹੈ ਇਹਨਾਂ ਗੀਤਾਂ ਦੇ ਕਾਬਲ ਹੈ, ਐਕਸਪ੍ਰੈਸ਼ਨ ਵੀ ਠੀਕ ਸਨ, ਅਤੇ ਥੋੜ੍ਹਾ ਧਿਆਨ ਦਿੱਤੇ ਦੀ ਜ਼ਰੂਰਤ ਹੈ। ਇੱਕਦਮ ਬੰਦਾ ਸ਼ੁਰੂ ਤੋਂ 100% ਨਹੀਂ ਹੁੰਦਾ, 0 ਤੋਂ ਚੱਲ ਕੇ ਜਾਣਾ ਪੈਂਦਾ। ਕਾਫੀ ਤੁਸੀਂ ਠੀਕ ਵੀ ਹੋ, ਔਰ ਠੀਕ ਕਰਨ ਦੀ ਜ਼ਰੂਰਤ ਹੈ ਆਪਣੇ ਸੁਰਾਂ ਕੋ, ਔਰ ਰਿਆਜ਼ ਦੀ, ਔਰ ਉਸਤਾਦ ਕੋਲੋਂ ਸਿੱਖੋ। ਥੋੜ੍ਹਾ ਐਕਸਪੀਰੀਅੰਸ ਜਦੋਂ ਬੰਦੇ ਦਾ ਹੋਏਗਾ, ਸਰਵਿਸ ਹੁੰਦੀ ਹੈ ਤਾਂ ਅੱਗੇ ਅੱਗੇ ਠੀਕ ਹੋ ਕਹਿੰਦਾ। ਬਹਰਹਾਲ ਅੱਜ ਇਹ ਪਰਫਾਰਮੈਂਸ ਉਸਦੀ ਓਵਰਆਲ ਠੀਕ ਰਹੀ। ਸ਼ੁਕਰੀਆ। ਪੂਜਾ ਸ਼ਰਮਾ ਜੀ, ਬੜਾ ਅੱਛਾ ਤੁਸੀਂ ਗਾਇਆ। ਫੀਲ, ਮੈਂ ਉਹ ਗੱਲ ਆਖਣਾ ਹੁੰਦਾ ਕਿ ਫੀਲ ਹੋਣਾ ਚਾਹੀਦਾ ਗਾਣੇ 'ਚ, ਔਰ ਤੁਹਾਡੇ ਇਸ ਗੀਤ 'ਚ ਫੀਲ ਹੈ। ਜਿਸ ਟਾਈਪ ਦੀ ਵਰਡਿੰਗ ਹੀ ਉਸੇ ਟਾਈਪ ਦਾ ਫੀਲ ਹੈ। ਐਕਸਪ੍ਰੈਸ਼ਨ ਬਹੁਤ ਅੱਛਾ ਹੈ, ਔਰ ਕੋਸਟਿਊਮ, ਮਤਲਬ ਓਵਰਆਲ ਪਰਫਾਰਮੈਂਸ ਬੜੀ ਅੱਛੀ। ਸ਼ੁਕਰੀਆ, ਗੁੱਡ ਲੱਕ। ਪੂਜਾ ਜੀ, ਸਰ ਐਕਸਪ੍ਰੈਸ਼ਨ ਜਿਵੇਂ ਕਿ ਸੁਰੇਸ਼ ਹੋਰ ਆਖਿਆ, ਤੁਸੀਂ ਬੜਾ ਫੀਲ ਕਰੀਏ ਗਾਇਆ ਸੀ, ਔਰ ਅਸੀਂ ਸਾਰੇ ਖੋਈ ਦੇ ਉਹਦੇ 'ਚ ਗਏ। ਸ਼ੁਕਰੀਆ। ਅਸੀਂ ਇੱਕ ਮਿੰਟ ਵਾਸਤੇ ਭੁੱਲੀ ਦਾ ਕਿ ਅਸੀਂ ਇੱਥੇ ਜਜਮੈਂਟ ਉੱਪਰ ਬੈਠੇ ਦੇ ਹਾਂ, ਗੀਤ ਕੁ ਲਈ ਪਏ ਦੇ ਸੁਣਨਾ। ਔਰ ਇੱਕ ਤੁਸੀਂ ਮੈਂ ਕੰਪਲੀਮੈਂਟ ਦੇਗਾ ਕਿ ਤੁਸੀਂ ਹਰ ਚੀਜ਼ ਕੀ ਨਾ ਬੜਾ ਤਿਆਰੀ ਕਰਨੇ ਆਉਂਦੇ ਹੋ, ਇਹ ਥੋੜ੍ਹਾ ਵੱਡਾ ਪਲੱਸ ਪੁਆਇੰਟ ਹੈ। ਤੋ ਥੋੜ੍ਹਾ ਚਾਹੇ ਕੋਸਟਿਊਮ ਹੋਏ, ਤੁਸੀਂ ਵਰਡਿੰਗ ਉੱਪਰ ਬੜਾ ਕੰਮ ਕੀਤਾ ਸਾਹਮਣੇ ਸੇਵਾ ਦਾ, ਕਿ ਹਰ ਇੱਕ ਸ਼ਬਦ ਬੜਾ ਤੁਸੀਂ ਸ਼ੁੱਧਤਾ ਕਰਨੇ ਬੋਲਿਆ, ਔਰ ਉਹਦੇ 'ਚ ਜਿਹੜੀ ਇੱਕ ਡੋਗਰੀ ਦੀ ਟੋਨ ਹੁੰਦੀ ਨਾ, ਨਹੀਂ ਤਾਂ ਜ਼ਿਆਦਾਤਰ ਇੱਥੇ ਜਿਹੜੇ ਸੁਹਾਗ ਸਾਡੇ ਗ੍ਰਾਂ 'ਚ ਵੀ ਜਿਹੜੀਆਂ ਲੇਡੀਜ਼ ਗਾਉਂਦੀਆਂ ਨਾ ਕਈ ਵਾਰੀ, ਤੋ ਬੜੀ ਪੰਜਾਬੀ ਦਾ ਟੱਚ ਉਹਦੇ 'ਚ ਲਈ ਪਾਉਂਦਾ ਹੋਣਾ, ਪਰ ਤੁਸੀਂ ਪੂਰਾ ਡੋਗਰੀ ਫਲੇਵਰ 'ਚ ਆਉਂਦਾ ਜੇਕਰ, ਉਹਦੇ ਵਾਸਤੇ ਤੁਸੀਂ ਜਿੰਨੀ ਮੁਬਾਰਕ ਦਿੱਤੀ ਜਾ ਘੱਟ ਹੈ। ਅਤੇ ਮਿੱਕੀਆਂ ਲੱਗਾ ਦਾ ਕਿ ਗ੍ਰੀਨ ਜ਼ੋਨ 'ਚ ਤੁਹਾਡੇ ਆਉਣ ਦੇ ਚਾਂਸ ਵਧੀ ਗਏ ਹੁਣ, ਠੀਕ ਹੈ। ਤੋ ਆਲ ਦਾ ਬੈਸਟ। ਥੈਂਕ ਯੂ ਸਰ, ਥੈਂਕ ਯੂ।